ਮਹਾਰਾਜ ਜੀ ਇਦਾਂ ਰਾਤ 12 ਕੁ ਵਜੇ ਹਾਦਸਾ ਵਾਪਰਿਆ ਜੀ। ਰਾਤ 12 ਸਾਢੇ 12 ਤੇ ਛੱਤ ਡਿੱਗੀ ਆ, ਸਾਰੇ ਮੁੰਡੇ ਇਕੱਠੇ ਹੋ ਗਏ, ਇਹਨਾਂ ਨੂੰ ਛੱਤ ਇਥੋਂ ਕੱਢਿਆ ਵਾ, ਛੱਤ ਇਥੋਂ ਕੱਢਿਆ ਜਦੋਂ ਕਿ ਦੋਵੇਂ ਮਾਂ ਪੁੱਤ ਹੀ ਦਮ ਤੋੜ ਗਏ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਜੀ? ਇਹ ਰਾਤ ਸਾਡੇ ਗਵਾਂਢ ਆ ਜੀ, ਇੱਟਾਂ ਖੜਕੀਆਂ ਤੇ ਅਸੀਂ ਉੱਠ ਕੇ ਦੇਖਿਆ, ਉੱਪਰੋਂ ਤਾਂ ਮੰਜ਼ਿਲ ਤੇ ਚੜ੍ਹ ਕੇ ਵੇਖਿਆ ਤੇ ਦੇਖਿਆ ਛੱਤ ਡਿੱਗੀ ਆ, ਤੇ ਫਿਰ ਅਸੀਂ ਭੱਜ ਗਏ ਆਏ ਸਾਰੇ ਜਣੇ। ਮੇਰੇ ਤੋਂ ਪਹਿਲਾਂ 2-3 ਵੀਰ ਲੱਗੇ, ਫਿਰ ਕਈਆਂ ਨਾਲ ਕੱਢਿਆ ਇਹਨਾਂ ਨੂੰ, ਜਾਣੀ ਕਿ ਕਈਆਂ ਨਾਲ ਮਿੱਟੀ ਪਾਸੇ ਕਰਕੇ, ਮਿੱਟੀ ਬਹੁਤ ਹੋਣ ਕਾਰਨ ਛੱਤ ਦੀ ਸਤੀਰੀ ਜਿਹੜੀ ਗਲੀ ਸੀਗੀ ਉਹ ਸਤੀਰੀ ਗਈ ਅੱਧ 'ਚੋਂ ਟੁੱਟ, ਉਹਦੇ ਕਾਰਨ ਅੱਜ ਤੱਕ। ਕੀ ਮੰਗ ਕਰਦੇ ਸਰਕਾਰ? ਮੰਗ ਸਰਕਾਰ ਤੋਂ ਇਹੋ ਹੈ ਜੀ, ਆਹ ਛੋਟਾ ਜਿਹਾ ਬੱਚਾ ਵਾ, ਇਹਦੇ ਵੱਲ ਵੇਖਿਆ ਜਾਵੇ, ਇੱਕ ਇਹਨਾਂ ਦਾ ਮਕਾਨ ਬਣਾ ਕੇ ਦਿੱਤਾ ਜਾਵੇ। ਉਹ ਸਰਕਾਰ ਵੱਲੋਂ ਜੋ ਕਿਹਾ ਜਾ ਰਿਹਾ ਕਿ ਕੋਈ ਕੱਚਾ ਘਰ ਨਹੀਂ ਰਹਿਣ ਦਿੱਤਾ, ਕੱਚੇ ਹੀ ਘਰ ਆ, ਪੱਕਾ ਕੀਤਾ ਕਿਹੜਾ ਇਹਨਾਂ ਨੇ? ਜਦੋਂ ਇਹੋ ਜਿਹੇ ਹਾਲਾਤ ਵੇਖਦੇ ਆ ਕਿ ਇੱਦੇ ਹੁਣ ਵੱਡੇ ਪੱਧਰ ਤੇ ਨੁਕਸਾਨ ਹੋਇਆ ਮਾਂ ਤੇ ਮਾਤਾ ਦੇ ਬੇਟੇ ਦੀ, ਹਾਂਜੀ ਹਾਂਜੀ ਹਾਂਜੀ, ਤੇ ਇਹੋ ਜਿਹੇ ਪਿੰਡ ਦੇ ਕੁਛ ਆਗੂ ਵੱਲੋਂ ਵੀ ਧਿਆਨ ਦੇਣਾ ਚਾਹੀਦਾ। ਮਹਾਰਾਜ ਜੀ ਆਗੂ ਲਿਖ ਕੇ ਲੈ ਜਾਂਦੇ ਆ, ਮੈਂ ਮੌਜੂਦਾ ਮੈਂਬਰ ਆ, ਲਿਖ ਕੇ ਲੈ ਜਾਂਦੇ, ਮੁੜ ਕੇ ਕਰਦੇ ਕੱਖ ਨਹੀਂ, ਲਿਸਟਾਂ ਬਣ ਜਾਣੀਆਂ, ਲਿਸਟਾਂ ਲੋ ਸਰਪੰਚਾਂ ਦੇ ਘਰਾਂ 'ਚ ਪਈਆਂ ਰਹਿ ਜਾਂਦੀਆਂ, ਜਿਹੜੀ ਸਰਕਾਰ ਆਉਂਦੀ ਅਸੀਂ ਐਂ ਕਰ ਦਾਂਗੇ, ਉਹ ਕਰ ਦਾਂਗੇ, ਹੁੰਦਾ ਕੱਖ ਨਹੀਂ। ਕਾਂਗਰਸ ਦੀ ਸਰਕਾਰ ਰਹੀ ਆ, ਉਹਦੇ ਮੈਂਬਰ ਆ ਮੈਂ, ਤੇ ਲਿਖੇ ਆ ਕਮਰੇ, ਉਹ ਪਏ ਨਹੀਂ। ਹੁਣ ਆਮ ਆਦਮੀ ਸਰਕਾਰ ਆ, ਉਹਨਾਂ ਤੋਂ ਕੀ ਮੰਗ? ਉਹਨਾਂ ਤੋਂ ਮੰਗ ਇਹੋ ਹੀ ਆ ਜੀ, ਇਹਦੇ ਬੱਚੇ ਬਾਰੇ ਸੋਚਿਆ ਜਾਵੇ, ਇਹਦਾ ਮਕਾਨ ਬਣਾ ਕੇ ਦਿੱਤਾ ਜਾਵੇ, ਇਹਦਾ ਭਵਿੱਖ ਵੇਖਣ। ਇਹ ਸਾਡੀ ਗਵਾਂਢ ਦੇ ਵਿੱਚ ਬੇਹੱਦ ਗਰੀਬ ਪਰਿਵਾਰ ਆ, ਤੇ ਇਹਦੀ ਕਸੂਰ ਸਿਰਫ ਇਹ ਆ ਵੀ ਇਹ BC ਦੇ ਨਾਲ ਬਿਲੋਂਗ ਕਰਦਾ, ਤੇ ਕਈ ਵਾਰ ਕੋਸ਼ਿਸ਼ਾਂ ਕੀਤੀਆਂ ਸਾਡੇ ਇੱਥੇ ਮੈਂਬਰ ਪੰਚਾਇਤ ਦਿਲਬਾਗ ਸਿੰਘ ਆ, ਨਿੱਜੀ ਤੌਰ 'ਤੇ ਵੀ ਅਸੀਂ ਉਹਨੂੰ ਕਿਹਾ, ਉਹ ਵਿਚਾਰਾ ਵੈਸੇ ਵੀ ਉਹਨੇ ਕੋਸ਼ਿਸ਼ ਕੀਤੀ ਆ, ਪਰ ਉਹਦੇ ਬਸ ਨਹੀਂ ਇੱਕ ਮੈਂਬਰ ਪੰਚਾਇਤ ਦੇ। ਅਤੇ ਇਹ ਜਿਹੜਾ ਵਾ ਬਹੁਤ ਜਰਜਰਾ ਮਕਾਨ ਆਪਾਂ ਕਹਿ ਸਕਦੇ ਹਾਂ ਵੀ, ਪਤਾ ਨਹੀਂ ਕਿੱਦਾਂ ਮਤਲਬ ਇਹ ਵਿਚਾਰੇ ਉੱਥੇ ਗੁਜ਼ਾਰਾ ਕਰਦੇ ਸੀਗੇ, ਅਤੇ ਕਈ ਵਾਰੀ ਇਹ ਇੱਥੇ ਵਿਚਾਰ ਵੀ ਕਰਦੇ ਵੀ ਜਿਹੜਾ ਇੰਨੇ ਚਿਰ ਦਾ, ਅਤੇ ਛੱਤਾਂ ਗਲੀਆਂ ਬਾਲੇ ਸਭ ਕੁਛ, ਅਤੇ ਕੋਈ ਨੁਕਸਾਨ ਹੋ ਸਕਦਾ, ਅਤੇ ਉਹ ਮੀਂਹ ਦੇ ਨਾਲ ਉਹਦੇ ਜਿੰਨਾ ਉੱਤੇ ਮਿੱਟੀ ਸੀਗੀ ਉਹ ਇੰਨੀ ਭਾਰਾ ਹੋ ਗਿਆ ਵੀ ਉਹ ਵਿਚਾਰੇ ਦੋਵੇਂ ਜੀ, ਇਹ ਦੋਵੇਂ ਮਤਲਬ ਮਾਂ ਪੁੱਤ ਅੰਦਰ ਸੁੱਤੇ ਸੀਗਾ, ਇਹ ਮਤਲਬ ਲੇਬਰ ਵਾਲਾ ਵਾ, ਇਹਨੇ ਕਈ ਵਾਰੀ ਰਾਤ ਨੂੰ 12 ਵਜੇ ਪਾਣੀ ਲਾਉਣ ਜਾਣਾ ਜਾਂ ਇਹ ਕਰਕੇ ਬਾਹਰ ਹੀ ਸੁੰਦਾ ਸੀ, ਅਤੇ ਉਹ ਰਾਤ ਨੂੰ 11:30-12 ਦੇ ਵਜੇ ਉਹ ਅਚਾਨਕ ਜਿਹੜੀ ਆ ਮਤਲਬ ਡਿੱਗ ਪਈ ਛੱਤ, ਇਹਨੇ ਆ ਉਹ ਜਿਹੜੀ ਉਹਦੀ ਚਾਬੀ ਵੀ ਉਹ ਵੀ ਉਹ ਵਿਚਾਰੀ ਉਹ ਮਾਰ ਕੇ ਅੰਦਰ ਰੱਖੀ ਉਹਨੇ, ਅਤੇ ਇਹਨੇ ਮੁੜ ਕੇ ਤੋੜ ਕੇ ਆ ਬਾਹਰਲਾ ਜਿੰਦਰਾ ਦੇ ਰੌਲਾ ਪਾਇਆ, ਅਤੇ ਇੱਥੋਂ ਸਾਡੇ ਜਿਹੜੇ ਲਾਗੇ ਗੁਆਂਢ ਸਾਰਾ ਬੱਚੇ ਜਿਹੜੇ ਨੌਜਵਾਨ ਸੀ ਉਹਨਾਂ ਨੇ ਆਣ ਕੇ, ਅਤੇ ਉੱਤੋਂ ਬਹੁਤ ਤੇਜ਼ੀ ਦੇ ਨਾਲ ਕੋਸ਼ਿਸ਼ ਕੀਤੀ ਵੀ ਇਹ ਵੱਜੇ, ਪਰ ਉਹ ਜਿੰਨੇ ਚਿਰ ਨੂੰ ਮਤਲਬ ਨਿਕਲੀ ਆ ਉਹਦੀ ਮਤਲਬ ਅੰਦਰੋਂ, ਉਹਨੇ ਚਿਰ ਨੂੰ ਬਰੋਡ ਡੈਡ ਸੀ ਦੋਵੇਂ ਥਾਂ ਹੀ ਉਹਨਾਂ ਦੇ, ਉਹਦੇ ਬੱਚੇ ਦੇ ਤਾਂ ਸਿਰ ਹੀ ਜਿਹੜਾ ਵਾ ਉੱਤੋਂ ਹਿੱਸਾ ਪਿਆ, ਅਤੇ ਉਹਦੇ ਵੀ ਆ ਮੱਥਾ ਜਿਹੜਾ ਵਾ ਉਹ ਮਤਲਬ ਬਹੁਤ ਡੂੰਘਾ ਜ਼ਖਮ ਆ, ਸਿਰ ਵੀ ਉਹਦੇ ਬਾਕੀ ਸਰੀਰ 'ਤੇ ਵੀ ਬਹੁਤ ਆ। ਇਹ ਡਿਮਾਂਡ ਅਸੀਂ ਤਾਂ ਬੇਨਤੀ ਕਰ ਸਕਦੇ ਹਾਂ ਜੀ ਵੀ ਇਹੋ ਜਿਹੇ ਬੱਚੇ, ਇਕੱਲਾ ਇਹ ਨਹੀਂ ਅੱਜ ਤਾਂ ਇਹਦੇ ਨਾਲ ਘਟਨਾ ਹੋਈ ਆ, ਕੱਲ੍ਹ ਨੂੰ ਹੋਰ ਆ, ਇੱਕ ਤਾਂ ਕੋਈ ਸਰਵੇ ਕਰਕੇ ਰੀਅਲੀ ਸਰਵੇ ਕਰਕੇ, ਮੈਂ 33.5 ਸਾਲ ਸਰਵਿਸ ਕੀਤੀ ਆ, ਅਤੇ ਬੜੇ ਸਰਵੇ ਕੀਤੇ, ਬੜੀ ਵਾਰੀ ਫਾਈਲਾਂ ਲੋਕਾਂ ਦੇ, ਕਦੀ ਆਟਾ ਦਾਲ ਸਕੀਮ, ਕਦੀ ਕੁਛ, ਪਰ ਉਹ ਬਣਦਾ ਕੱਖ ਨਹੀਂ। ਇਹ ਬੇਨਤੀ ਆ ਵੀ ਇਹ ਸਰਕਾਰ ਨੂੰ ਆ, ਨਵੀਂ ਸਰਕਾਰ ਆ, ਬਦਲਾਅ ਲੋਕਾਂ ਲਿਆਂਦਾ ਵਾ, ਵੀ ਇਹੋ ਜਿਹੇ ਇਮੀਜੀਏਟਲੀ ਵੀ ਇਹ ਕਿਉਂਕਿ ਇਹ ਤਾਂ ਹੁਣ ਇਹ ਨਹੀਂ ਗਾ ਵੀ ਆਪਾਂ 5 ਸਾਲਾਂ ਨੂੰ ਇਹ ਸਕੀਮ ਕਰਾਂਗੇ, ਇਮੀਜੀਏਟਲੀ ਜਿਹੜਾ ਵਾ ਕੋਈ 1-2 ਲੱਖ ਦਾ ਕਿਸੇ ਦਾ ਇਹਨਾਂ ਦਾ ਜਿਹੜਾ 2-3 ਲੱਖ ਦੇ ਵਿੱਚ ਘਰ ਬਣ ਸਕਦਾ। ਗੱਲਬਾਤ ਇਹ ਵੀ ਗਰੀਬ ਬੰਦੇ ਆ ਵਿਚਾਰੇ, ਅਤੇ ਸੁੱਤੇ ਹੀ ਰਾਤ ਅੰਦਰ, ਅਤੇ ਸੁੱਤੇ ਉਹ ਸਤੀਰੀ ਟੁੱਟ ਗਈ ਆ, ਸਤੀਰੀ ਟੁੱਟ ਕੇ ਅਤੇ ਥੱਲੇ ਆ ਗਏ ਆ, ਅਤੇ ਉਹ ਘਰ ਜਿਹੜਾ ਇਹ ਮੁੰਡਾ ਬਾਹਰ ਸੁੱਤਾ ਸੀ ਇਹ ਬਚ ਗਿਆ, ਅਤੇ ਉਹ ਨਿੱਕਾ ਬੱਚਾ ਅਤੇ ਉਹਦੀ ਘਰ ਵਾਲੀ ਅੰਦਰ ਸੁੱਤੇ, ਅਤੇ ਅੰਦਰ ਹੀ ਮੁੜ ਕੇ ਉਹਨਾਂ ਦੇ ਖਤਮ ਹੋ ਗਏ ਅੰਦਰ। ਕੀ ਮੰਗ ਕਰਦੇ? ਮੰਗ ਇਹ ਕਰਦੇ ਆ ਸਰਕਾਰ ਗਾੜੀ ਵੀ ਇਹ ਗਰੀਬਾਂ ਇਹਨਾਂ ਜਿਹੜਾ ਜੋ ਵੀ ਆ ਇਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਵਾ, ਅਤੇ ਇਹਨਾਂ ਦਾ ਮਤਲਬ ਸੋਚਣਾ ਚਾਹੀਦਾ। ਅੱਗੇ ਵੀ ਕਈ ਵਾਰਾਂ ਇੱਥੇ ਹੋਇਆ, ਲਿਖ ਲਾ ਕੇ ਲੈ ਜਾਂਦੇ ਸਭ ਕੁਝ, ਉਹ ਵੀ ਨਹੀਂ ਇੱਥੇ ਹੁੰਦਾ, ਮਤਲਬ ਗੱਲਾਂ ਗੱਲਾਂ ਜੀ ਹਵਾ 'ਚ ਗੱਲਾਂ ਚੱਲਦੀਆਂ ਸਾਰੀਆਂ, ਕੋਈ ਸੁਣਾਈ ਹੈ ਨਹੀਂ ਜੀ। ਕੋਈ ਵੀ ਸਰਕਾਰ ਆਉਂਦੀ ਇਹੋ ਹੀ ਹਾਲ ਆ, ਕਾਂਗਰਸ ਆਈ, ਅਕਾਲੀ ਦੇ ਤੋਂ ਪਹਿਲੋਂ ਕਾਂਗਰਸ ਆਈ, ਹੁਣ ਆਮ ਉਹੋ ਹੀ ਹਾਲ ਆ, ਕੋਈ ਸੁਣਾਈ ਨਹੀਂ। ਰਾਤੀ ਲੰਮੇ ਪਏ ਹਾਂ, ਅਤੇ ਕਮਰਾ ਕੱਚਾ ਸੀ, ਛੱਤ ਕੱਚੀ ਸੀ। ਅੱਛਾ ਜੀ। ਉਹ ਰਾਤ 12:30 ਵਜੇ ਆਪਣੇ ਆਪ ਗਿਰ ਗਈ, ਡਿੱਗ ਪਈ, ਡਿੱਗ ਕੇ ਅਤੇ 2-3 ਵਾਰ ਮੰਗ ਕੀਤੀ ਇਹਨਾਂ ਬੰਦਿਆਂ ਕੋਲ, ਪੰਚਾਇਤਾਂ ਕੋਲ, ਸਰਕਾਰ ਕੋਲ ਵੀ, ਵੀ ਬਣਾ ਦਿੰਦੇ ਤੈਨੂੰ, ਇਹਨਾਂ ਨੇ ਬਣਾ ਕੇ ਨਹੀਂ ਦਿੱਤਾ। ਕੋਠਾ ਕਿਸੇ ਨੇ ਨਹੀਂ ਬਣਾ ਕੇ ਦਿੱਤਾ? ਇਹਨਾਂ ਨੇ ਬਣਾ ਕੇ ਦਿੱਤਾ, ਨਾ ਕੋਈ ਕਿਸੇ ਨੇ ਦਿੱਤੀ ਆਣ ਕੇ। ਅਤੇ ਤੁਹਾਡੇ ਕੋਲ ਲਿਖ ਲੁੱਕੇ ਖੜਿਆ ਕਿਸੇ ਨੇ? ਲਿਖ ਕੇ ਇੱਕ ਦੋ ਵਾਰ ਆਏ ਮੇਰੇ ਕੋਲ ਲਿਖਣ, ਅਤੇ ਮੈਨੂੰ ਗਾਰਡ ਆਉਂਦੇ ਤੁਹਾਡਾ BC 'ਚ ਨਾਂ ਆਉਂਦਾ ਜੀ,
ਅੱਛਾ ਬੀਸੀ ਜੀ ਨਾਮ ਦਾ ਬੀਸੀ ਤੁਹਾਡੇ ਨਾਮ ਦਾ ਤੁਹਾਡਾ ਨਹੀਂ ਪੈਣਾ ਤੁਹਾਡਾ ਕੋਠਾ ਨਹੀਂ ਪੈਣਾ ਤੁਹਾਡਾ ਕੋਠਾ ਅੱਛਾ ਜੀ ਤੇ ਤੁਸੀਂ ਮਤਲਬ ਬਾਹਰ ਸੁੱਤੇ ਸੀ ਰਾਤੀ ਮੈਂ ਰਾਤ ਬਾਹਰ ਮੈਂ ਅੱਗੇ ਵੀ ਬਾਹਰ ਹੀ ਸੌਂਦਾ ਹਾਂ ਅੱਛਾ ਤੇ ਅੰਦਰ ਮੈਂ ਤਾਂ ਪੱਖਾ ਵੀ ਨਹੀਂ ਲਾਉਂਦਾ ਇਹ ਪੱਖਾ ਛੋਟਾ ਸਾਡੇ ਕੋਲ ਥੋੜਾ ਇਹ ਅੰਦਰ ਲਾ ਲੈਂਦੇ ਮੇਜ ਨਾਲ ਪੱਖਾ ਮੈਂ ਬਾਹਰ ਉੱਥੇ ਦੂਜੀ ਮੱਥੇ ਜਾਂਦੀ ਰਹੀ ਉਹ ਲੈ ਕੇ ਉੱਥੇ ਲੇਟ ਕੇ ਨਵੇਂ ਪਈ ਕਈ ਵਾਰੀ ਤੜਕੇ ਨੇ ਜਾਣਾ ਹੁੰਦਾ ਬਾਹਰ ਕੰਮ ਕੰਮ ਕਰਦੇ ਜਿੱਥੇ ਅੰਦਰ ਤੇ ਕੀ ਹੁਣ ਤੁਸੀਂ ਮੰਗ ਕਰਦੇ ਸਰਕਾਰ ਤੋਂ ਕੀ ਮੰਗ ਕਰਦੇ ਕਾਰ ਕੋ ਮੰਗ ਕਰਦੇ ਹਾਂ ਵੇ ਬੱਚਾ ਵਾ ਛੋਟਾ ਇਹਦੀ ਪੜ੍ਹਾਈ ਪੜ੍ਹੂਈ ਚੰਗੀ ਹੋ ਜਾਵੇ ਨੌਕਰੀ ਨੌਕਰੀ ਮਿਲ ਜਾਵੇ ਘਰ ਬਣ ਜਾਵੇ ਇਹਦੇ ਬੱਚੇ ਵਾਸਤੇ ਇਹ ਸਾਡੇ ਗਾਂਡ ਦੇ ਵਿੱਚ ਇੱਕ ਗਰੀਬ ਪਰਿਵਾਰ ਵਾ ਤੇ ਛੋਟਾ ਜਿਹਾ ਮਕਾਨ ਸੀ ਵਿਚਾਰਿਆਂ ਦਾ ਬਹੁਤ ਪੁਰਾਣਾ ਘੱਟ ਤੋਂ ਘੱਟ 70 ਸਾਲ ਦਾ ਬਣਿਆ ਹੋਇਆ ਸੀ ਤੇ ਵਿਚਾਰੇ ਮਜ਼ਦੂਰੀ ਕਰਕੇ ਰਾਤ ਆਈ ਆ ਰੋਟੀ ਖਾ ਕੇ ਸੁੱਤੇ ਆ ਮਾਂ ਪੁੱਤ ਦੋਵੇਂ ਅੰਦਰ ਸੁੱਤੇ ਆ ਜਦੋਂ ਸੁੱਤੇ ਆ ਤੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਅੱਜ ਇਹ ਭਾਣਾ ਵਰਤ ਜਾਣਾ ਵਾ ਤੇ ਆ ਬੱਚਾ ਜਿਹੜਾ ਇੱਕ ਬੇਬੀ ਰਹਿੰਦਾ ਸੀ ਉਹ ਵਿਚਾਰਾ ਕਿਸੇ ਦੇ ਘਰ ਮਜ਼ਦੂਰੀ ਕਰਦਾ ਉੱਥੇ ਹੀ ਸੌਂ ਗਿਆ ਤੇ ਪਿਓ ਵਿਚਾਰਾ ਵੀ ਮਜ਼ਦੂਰੀ ਕਰਕੇ ਆਣ ਕੇ ਬਾਹਰ ਸੌਂ ਗਿਆ ਜਦੋਂ ਆ ਬਾਹਰਲਾ ਜਿੰਦਰਾ ਵੱਜਾ ਹੋਇਆ ਸੀ ਵਿਚਾਰੇ ਨੇ ਬਾਹਰਲਾ ਬੂਹਾ ਭੰਨਿਆ ਤੇ ਫਿਰ ਲੋਕਾਂ ਨੂੰ ਆਵਾਜ਼ਾਂ ਮਾਰੀਆਂ ਤੇ ਵਿਚਾਰੇ ਜਦੋਂ ਵੇਖਿਆ ਉਹ ਛੱਤ ਟੁੱਟ ਗਈ ਛਤੀਰੀ ਟੁੱਟ ਗਈ ਗਲੀ ਹੋਈ ਸੀ ਛਤੀਰੀ ਵਿਚਾਰਿਆਂ ਦੀ ਤੇ ਉਹ ਦੋਵੇਂ ਡੈੱਡ ਹੋ ਗਏ ਉਸੇ ਥਾਂ ਤੇ ਜਦੋਂ ਜ਼ਿਆਦਾ ਭਾਰ ਪਿਆ ਤੇ ਸਰਕਾਰਾਂ ਨੂੰ ਇਹ ਚਾਹੀਦਾ ਵਾ ਕਿ ਹੁਣ ਇਹਨਾਂ ਦੀ ਕੋਈ 5-7 ਲੱਖ ਰੁਪਈਆ ਹੋਵੇ ਜਿਹੜਾ ਇਹਨਾਂ ਦਾ ਛੋਟਾ ਜਿਹਾ ਮਕਾਨ ਅੱਗੇ ਛੋਟੇ ਬੱਚਾ ਜਿਹੜਾ ਰਹਿ ਗਿਆ ਵਾ ਪਿਓ ਪੁੱਤ ਰਹਿ ਗਏ ਉਹਨਾਂ ਦਾ ਹੀ ਕੋਈ ਭਵਿੱਖ ਚੰਗਾ ਬਣ ਜਾਵੇ ਕੋਈ ਅੱਗੇ ਰੋਟੀ ਦਾ ਰੁਜ਼ਗਾਰ ਵਿਚਾਰਿਆਂ ਦਾ ਹੋ ਜਾਵੇ ਗਰੀਬੀ ਤੇ ਅਜੇ ਵੀ ਆ ਉਹ ਗਰੀਬੀ ਭਾਵੇਂ ਮਕਾਨ ਬਣ ਜਾਵੇ ਤਾਂ ਵੀ ਨਹੀਂ ਮੁੱਕਣੀ ਉਹ ਮਿਹਨਤ ਉਹਨਾਂ ਨੂੰ ਕਰਨੀ ਪੈਣੀ ਆ ਪਰ ਅੱਜ ਜਿਹੜੀ ਇਹ ਹਾਲਤਾ ਹੋਇਆ ਵਾ ਜਿੰਨੇ ਸਾਡੇ ਪਿੰਡਾਂ ਦੇ ਵਿੱਚ ਇੱਕ ਵੀ ਕਮਰਾ ਇੱਕ ਨਹੀਂ ਆਇਆ ਸਾਡੇ ਪਿੰਡ ਦੇ ਵਿੱਚ ਇੱਕ ਵੀ ਗਰੀਬ ਪਰਿਵਾਰ ਨੂੰ ਕਦੀ ਕਮਰਾ ਨਹੀਂ ਮਿਲਿਆ ਲੋਕੀ ਇੰਨੇ ਬੇਰੁਜ਼ਗਾਰ ਫਿਰਦੇ ਆ ਨਾ ਕੋਈ ਹਿਸਾਬ ਹੀ ਨਹੀਂ ਗਿਆ ਕੋਈ ਸੁਣਵਾਈ ਨਹੀਂ ਭਾਵੇਂ ਅਕਾਲੀ ਆ ਭਾਵੇਂ ਕਾਂਗਰਸੀ ਆ ਭਾਵੇਂ ਹੁਣ ਆਮ ਆਦਮੀ ਪਾਰਟੀ ਵੀ ਆ ਗਈ ਆ ਕਿਸੇ ਨੇ ਨਹੀਂ ਸੁਣਿਆ ਅੱਜ ਜੇ ਚੰਗੀ ਸਰਕਾਰ ਹੁੰਦੀ ਕੋਠੇ ਪਾ ਕੇ ਦਿੱਤੇ ਹੁੰਦੇ ਪਰ ਅੱਜ ਇਹ ਹਾਦਸਾ ਨਹੀਂ ਸੀ ਵਾਪਰਨਾ ਕਿਉਂਕਿ ਅੱਜ ਇਹ ਜਿੰਨੇ ਉਹ ਦੁਖੀ ਹੋਏ ਆ ਜੇ ਉਹ ਬੱਚਾ ਹੋ ਗਿਆ ਉਹਨੂੰ ਮਾਂ ਨਹੀਂ ਮਿਲਣੀ ਜਾਂ ਭਰਾ ਨਹੀਂ ਮਿਲਣਾ ਤੇ ਉਹ ਦੋਵੇਂ ਵਿਚਾਰੇ ਕੀ ਕਰਨਗੇ ਅੱਜ ਰੋਟੀ ਤੋਂ ਵੀ ਆਤਰ ਹੋ ਗਏ ਆ ਇਹਨਾਂ ਦਾ ਕੀ ਬਣੂਗਾ ਤੇ ਸਰਕਾਰ ਨੂੰ ਚਾਹੀਦਾ ਕਮ ਸੇ ਕਮ ਇੱਕ ਚੰਗਾ ਮਕਾਨ ਛੋਟਾ ਜਿਹਾ ਹੀ ਬਣਾ ਦੇਣ ਦੋ-3 ਮਰਲੇ ਦਾ ਜਗ੍ਹਾ ਵਾ ਚੱਲ ਉਹਦੇ ਵਿੱਚ ਹੀ ਕੋਈ ਫਲੈਸ਼ ਬਣ ਜੇ ਉਹਦੀ ਰਸੋਈ ਬਣ ਜੇ ਉਹਦਾ ਕਮਰਾ ਬਣ ਜੇ ਤੇ ਅੱਜ ਗਾਂਹ ਤੋਂ ਫਿਰ ਇਹਨਾਂ ਨੂੰ ਵਿਚਾਰਿਆਂ ਨੂੰ ਇਹ ਸਾਹਮਣਾ ਨਾ ਕਰਨਾ ਪਵੇ ਅੱਜ ਹੁਣ ਉਹਨਾਂ ਦੇ ਬਹਿਣ ਵਾਸਤੇ ਵੀ ਕੋਈ ਜਗ੍ਹਾ ਨਹੀਂ ਜੇ ਹੈਗੀ ਕਿ ਉੱਥੇ ਬਹਿ ਜਾਣ ਇੱਕ ਸਿਰਫ ਇੱਕੋ ਮੰਜਾ ਹੀ ਉਹ ਜਿਹੜਾ ਬਾਹਰ ਜਿੱਥੇ ਪਿਓ ਸੁੱਤਾ ਸੀ ਉਹੋ ਹੀ ਬਚ ਗਿਆ ਵਾ ਹੋਰ ਕੁਝ ਨਹੀਂ ਬਚਿਆ ਅੰਦਰ ਕੁਝ ਨਹੀਂ ਹੈਗਾ ਜੀ ਇਹਨਾਂ ਦੇ ਸਾਨੂੰ ਅੱਜ ਸਵੇਰੇ ਸੂਚਨਾ ਮਿਲੀ ਸੀ ਵੀ ਪਿੰਡ ਮੂਲਪੁਰਾ ਜਿਹੜਾ ਵਾ ਉੱਥੇ ਛਾਤ ਜਿਹੜਾ ਕਮਰੇ ਦੀ ਛੱਤ ਜਿਹੜੀ ਕੱਚਾ ਕਮਰਾ ਸੀਗਾ ਉਹਦੀ ਛੱਤ ਡਿੱਗਣ ਦੇ ਕਾਰਨ 2 ਜਣਿਆਂ ਦੀ ਮੌਤ ਹੋਈ ਜਿਹਦੇ ਵਿੱਚ ਇੱਕ ਲੜਕਾ 9 ਸਾਲ ਦਾ ਵਾ ਏਕਮਜੀਤ ਪੁੱਤਰ ਜਸਵਿੰਦਰ ਸਿੰਘ ਅਤੇ ਦੂਸਰਾ ਮਨਜਿੰਦਰ ਕੌਰ ਪਤਨੀ ਜਸਵਿੰਦਰ ਸਿੰਘ ਇਹਦੀ ਉਮਰ ਕੋਈ ਕਰੀਬ 35 ਸਾਲ ਆ ਇਹ ਰਾਤ ਨੂੰ ਅੰਦਰ ਸੁੱਤੇ ਪਏ ਸੀਗੇ ਅਤੇ ਇਹਨਾਂ ਨੇ ਜਿਹੜਾ ਉਹ ਸੁੱਤਿਆਂ ਹੀ ਜਿਹੜਾ ਕੱਲ੍ਹ ਮੀਂਹ ਪਿਆ ਬਾਰਿਸ਼ ਕਾਰਨ ਜਿਹੜੀ ਛੱਤ ਜਿਹੜੀ ਸੀ ਕੱਚੀ ਸੀਗੀ ਉਹ ਭਾਰੀ ਹੋਣ ਕਾਰਨ ਅਤੇ ਛਤੀਰੀ ਜਿਹੜੀ ਕਮਜ਼ੋਰ ਹੋਣ ਕਾਰਨ ਛਤੀਰੀ ਟੁੱਟ ਗਈ ਔਰ ਜਿਹੜਾ ਮਲਬਾ ਸੀ ਇਹਨਾਂ ਦੇ ਉੱਤੇ ਡਿੱਗ ਗਿਆ ਅਤੇ ਉਹ ਮਲਬੇ ਦੇ ਥੱਲੇ ਹੇਠ ਹੀ ਆ ਕੇ ਇਹਨਾਂ ਦੀ ਜਿਹੜੀ ਮੌਤ ਹੋਈ ਅਤੇ ਅਸੀਂ ਉੱਥੇ ਜਿਹੜੀ ਬਣਦੀ ਕਾਰਵਾਈ ਮੌਕੇ 'ਤੇ ਕੀਤੀ ਹੈ ਉਹ ਜਿਹੜੇ ਪਿੰਡ ਦੇ ਮੋਹਤਬਰ ਨੇ ਜਾਂ ਘਰ ਦੇ ਵਿਅਕਤੀ ਜਿਹੜੇ ਉਹ ਕੋਈ ਵੀ ਕਾਰਵਾਈ ਜਿਹੜੀ ਉਹ ਕਰਾਉਣੀ ਚਾਹੁੰਦੇ ਕਿਉਂਕਿ ਮੌਤ ਅਚਾਨਕ ਜਿਹੜੀ ਆ ਉਹ ਛੱਤ ਡਿੱਗਣ ਕਾਰਨ ਹੋਈ ਆ ਇਸ ਕਰਕੇ ਉੱਥੇ ਕਾਰਵਾਈ ਨਹੀਂ ਹੋਈ।